ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਇਹ ਲਾਈਵ ਸੈਸ਼ਨ ਰੱਖ ਰਿਹਾ ਜੀ ਸਿਰਫ ਇਹ ਇਨਫੋਰਮ ਕਰਨ ਦੇ ਲਈ ਕਿ 16 ਤਰੀਕ ਨੂੰ ਮੈਂ ਮੋਹਾਲੀ ਆਫਿਸ ਦੇ ਵਿੱਚ ਲਾਈਵ ਗੈਟ ਟੂਗੈਦਰ ਰੱਖੀ ਸੀਗੀ, ਡਾਇਰੈਕਟ ਮੀਟ ਰੱਖੀ ਸੀਗੀ ਆਪ ਸਭ ਦੇ ਨਾਲ, ਤੁਹਾਡੇ ਸਭ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਪਰ ਕਿਸੇ ਐਮਰਜੈਂਸੀ ਕੰਮ ਦੇ ਕਾਰਨ ਮੈਨੂੰ ਕੈਨੇਡਾ ਆਉਣਾ ਪੈ ਗਿਆ ਜੀ। ਸੋ ਮੈਂ ਸਾਰੇ ਹੀ ਸਰੋਤਿਆਂ ਨੂੰ, ਮੇਰੇ ਪਹੁੰਚਣ ਵਾਲੇ ਜਿੰਨੇ ਕਲਾਇੰਟਸ ਸੀਗੇ ਜਾਂ ਜਿੰਨੇ ਮੇਰੇ ਵੀਰ ਭੈਣਾਂ ਜਿਨ੍ਹਾਂ ਨੇ ਇਨਫੋਰਮੇਸ਼ਨ ਲੈਣੀ ਸੀ, ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਮੇਰੀ ਜਗ੍ਹਾ 'ਤੇ ਸਰਦਾਰ ਭੁਪਿੰਦਰ ਸਿੰਘ ਗਿੱਲ HOD ਇਮੀਗ੍ਰੇਸ਼ਨ ਮੇਰੀ ਕੰਪਨੀ ਦੇ, ਉਹ ਬੈਠਣਗੇ ਜੀ। ਉਹ ਤੁਹਾਡੇ ਸਾਰੇ ਸਵਾਲਾਂ ਦੇ ਹੱਲ ਕਰਕੇ ਦੇਣਗੇ। ਐਂਡ ਜੇ ਕੋਈ ਤੁਹਾਡੀ ਫਿਰ ਵੀ ਕੋਈ ਕੁਐਰੀ ਹੋਈ ਜੋ ਤੁਸੀਂ ਮੇਰੇ ਤੋਂ ਹੀ ਕਲੀਅਰ ਕਰਨਾ ਚਾਹੁੰਦੇ ਆ, ਤਾਂ ਤੁਸੀਂ ਮੈਨੂੰ ਇਨਬੋਕਸ ਕਰ ਸਕਦੇ ਹਾਂ ਜਾਂ ਭੁਪਿੰਦਰ ਸਿੰਘ ਹੋਣਾ ਕੋਲ ਆਪਦੀ ਉਸ ਕੁਐਰੀ ਨੂੰ ਛੱਡ ਸਕਦੇ ਹਾਂ ਲਿਖਤੀ ਰੂਪ ਦੇ ਵਿੱਚ, ਅਤੇ ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਐਜ਼ ਸੂਨ ਐਜ਼ ਪੋਸੀਬਲ ਹੱਲ ਕਰਨ ਦੀ। ਐਂਡ ਤੁਸੀਂ ਕੱਲ੍ਹ ਸਾਰਿਆਂ ਨੇ ਪਹੁੰਚਣਾ ਡਾਇਰੈਕਟ ਮੀਟ ਲਈ ਮੋਹਾਲੀ, ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਰਦਾਰ ਭੁਪਿੰਦਰ ਸਿੰਘ ਗਿੱਲ ਹੁਣੀ ਉੱਥੇ ਪਹੁੰਚਣਗੇ। ਪਵਨਦੀਪ ਜੀ, ਮੈਂ ਇਸ ਵਕਤ ਬਰੈਂਪਟਨ ਆ ਜੀ, 10 ਕੁ ਦਿਨ ਮੈਂ ਬਰੈਂਪਟਨ ਹੀ ਰਹੂੰਗਾ। ਬਾਕੀ ਜਿਹੜੀ ਅਗਲਾ ਸੁਨੇਹਾ ਉਹ ਤੁਹਾਡੇ ਸਾਰਿਆਂ ਵਾਸਤੇ ਹੀ ਆ, ਜਿਹੜੇ ਮੇਰੇ ਵੀਰ ਵਿਜ਼ਿਟਰ ਅਤੇ ਕੈਨੇਡਾ ਆਏ ਹੋਏ ਸੀਗੇ, ਰੈਗੂਲਰਲੀ ਮੇਰੇ ਤੋਂ ਪੁੱਛ ਰਹੇ ਸੀ ਕਿ ਮੈਂ ਕੈਨੇਡਾ ਕਦੋਂ ਆ ਰਿਹਾ। ਕਿਸੇ ਕਾਰਨ ਕਰਕੇ ਮੈਨੂੰ ਜਲਦੀ ਹੀ ਆਉਣਾ ਪੈ ਗਿਆ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਹੁਣ ਮੈਂ ਸਾਰੇ ਹੀ ਪ੍ਰੋਵਿੰਸ ਸਟੇਟਸ ਵਿਜ਼ਿਟ ਕਰ ਰਿਹਾ। ਆਉਣ ਵਾਲੇ 10 ਦਿਨ ਮੈਂ ਬਰੈਂਪਟਨ ਰਹੂੰਗਾ ਜੀ, ਉਸ ਤੋਂ ਬਾਅਦ ਵਿਨੀਪੈਗ, ਅਲਬਰਟਾ ਐਂਡ ਬ੍ਰਿਟਿਸ਼ ਕੋਲੰਬੀਆ, ਨਾਲ ਦੀ ਨਾਲ ਇਨਫੋਰਮ ਕਰਦਾ ਰਹੂੰਗਾ ਜੀ। ਜਿਹੜੇ ਮੇਰੇ ਵੀਰ ਭੈਣਾਂ ਵਿਜ਼ਿਟਰ 'ਤੇ ਆਏ ਹੋਏ ਆ, ਉਹ ਮੈਨੂੰ ਮਿਲਣਾ ਚਾਹੁੰਦੇ ਸੀਗੇ, ਇਨਬੋਕਸ ਕਰਕੇ ਮੇਰੀ ਟੀਮ ਦੇ ਨਾਲ ਕੋਂਟੈਕਟ ਬਣਾ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਜੀ। ਐਂਡ ਬਸ ਲਾਸਟ 'ਤੇ ਇਹੀ ਕਹਿਣਾ ਚਾਹੁੰਦਾ ਕਿ ਜੋ ਮੈਂ ਆਪਾਂ ਡਾਇਰੈਕਟ ਮੀਟ ਰੱਖੀ ਸੀ ਉਹ ਤੁਸੀਂ ਪਹੁੰਚੋ ਮੋਹਾਲੀ ਆਫਿਸ, ਭੁਪਿੰਦਰ ਸਿੰਘ ਗਿੱਲ ਹੁਣੀ ਪਹੁੰਚਣਗੇ ਜੀ। ਪਵਨਦੀਪ ਬਰਾੜ ਜੀ, ਤੁਸੀਂ ਮੈਨੂੰ ਆਪਦਾ ਮੈਸੇਜ ਕਰ ਦਿਓ ਜੀ, ਮੇਰੀ ਟੀਮ ਤੁਹਾਨੂੰ ਕੋਂਟੈਕਟ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰ ਲੂਗੀ ਜੀ, ਆਪਾਂ ਮਿਲ ਲਵਾਂਗੇ ਪਵਨਦੀਪ ਜੀ ਤੁਹਾਨੂੰ। ਸੋ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ। ਅਤੇ ਜਿਹੜੇ ਜਿਹੜੇ ਵੀਰ ਬਰੈਂਪਟਨ ਮੈਨੂੰ ਮਿਲਣਾ ਚਾਹੁੰਦੇ ਆ, ਤੁਸੀਂ ਮੇਰੀ ਟੀਮ ਨੂੰ ਟੀਮ ਨਾਲ ਕੋਂਟੈਕਟ ਕਰਕੇ ਆਪਾਂ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹਾਂ ਜੀ। ਨੀਰਜ ਤਿਵਾੜੀ ਜੀ, ਮਿਲਦੇ ਹਾਂ ਜੀ ਜ਼ਰੂਰ, ਤੁਸੀਂ ਪਲੀਜ਼ ਹਾਂਜੀ ਸੰਦੀਪ ਮੈਮ ਨਾਲ ਕੋਂਟੈਕਟ ਕਰਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹਾਂ ਜੀ ਆਪ। ਥੈਂਕ ਯੂ ਵੈਰੀ ਮੱਚ, ਧੰਨਵਾਦ।